ਅਸਲਾਮੁ ਅਲੈਕੁਮ ਸਜਣਾ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦਾ ਜੀ। ਦਿਨ ਜੀ ਮੰਗਲ ਦਾ ਤੇ ਇਸ ਟਾਈਮ ਸਿਆਲਕੋਟ ਦੇ ਬ੍ਰੈਂਡ ਤੇ ਮਾਸ਼ਾਅੱਲਾ ਜੀ ਮਸ਼ਹੂਰ ਤੇ ਨਾਮਵਰ ਵਪਾਰੀ ਸਰਦਾਰ ਆਜ਼ਮ ਡੋਗਰ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ ਤੇ ਮਾਸ਼ਾਅੱਲਾ ਜੀ ਡੋਗਰ ਸਾਹਿਬ ਨੇ ਅੱਜ ਟਾਪ ਕਲਾਸ ਖੂਬਸੂਰਤ ਸ਼ੌਕੀਆ ਜਾਨਵਰ ਦਾ ਮੇਲਾ ਲਾ ਕੇ ਇੱਕ ਦਫਾ ਫਿਰ ਰਿਕਾਰਡ ਕਾਇਮ ਕੀਤਾ ਹੈ। ਮਾਸ਼ਾਅੱਲਾ ਜੀ ਅੱਜ ਦੀ ਇਸ ਵੀਡੀਓ 'ਚ ਟੋਟਲ 5 ਕੀਮਤੀ ਗਾਵਾਂ, ਇਸ ਤੋਂ ਇਲਾਵਾ ਇੱਕ ਝੋਟੀ ਵੀ ਸ਼ਾਮਲ ਹੈ ਤੇ ਮਾਸ਼ਾਅੱਲਾ ਜੀ ਅੱਜ ਦੀ ਵੀਡੀਓ ਇਨਸ਼ਾਅੱਲਾ ਯਾਦਗਾਰ ਤੇ ਸ਼ੌਕੀਆ ਵੀਡੀਓ ਹੋਵੇ। ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਤੇ ਇਹਨਾਂ ਦਾ ਜਿਹੜਾ ਰੇਟ ਹੈ ਉਹ ਵੀ ਮਲੂਮ ਕਰਨੇ ਹਾਂ। ਡੋਗਰ ਸਾਹਿਬ ਆਓ ਜੀ ਸਾਹਮਣੇ। ਸਾਰੇ ਦੋਸਤਾਂ ਕੇ ਗੁਜ਼ਾਰਿਸ਼ ਹੈ ਵੀਡੀਓ ਨੂੰ ਮੁਕੰਮਲ ਲਾਜ਼ਮੀ ਵੇਖਣਾ ਹੈ, ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਵੀ ਕਰਨਾ ਹੈ। ਡੋਗਰ ਸਾਹਿਬ ਆਓ ਜੀ ਸਾਹਮਣੇ ਜੀ। ਅਸਲਾਮੁ ਅਲੈਕੁਮ। ਵਾਲੇਕੁਮ ਸਲਾਮ ਫਰਾਜ਼ ਸਾਹਿਬ, ਕੀ ਹਾਲ ਹੈ, ਠੀਕ ਠਾਕ ਹੋ? ਅੱਲਾਹ ਪਾਕ ਦਾ ਬੜਾ ਸ਼ੁਕਰ, ਉਹਦੀ ਜ਼ਾਤ ਦਾ ਕਰਮ ਹੈ। ਡੋਗਰ ਸਾਹਿਬ ਤੁਸੀਂ ਸੁਣਾਓ, ਠੀਕ ਹੋ, ਸਭ ਹੈਰੀਅਤ ਹੈ ਜੀ? ਅੱਲਾਹ ਸੁਣਾ ਦਾ ਆਸਾਨ, ਤੁਹਾਡੀਆਂ ਦੁਆਵਾਂ ਨੇ ਫਰਾਜ਼ ਸਾਹਿਬ। ਇਹਨਾਂ ਭਰਾਵਾਂ ਦੀ ਚਾਹਤ ਤੇ ਮੁਹੱਬਤ ਦਾ ਜਿੰਨਾ ਵੀ ਸ਼ੁਕਰੀਆ ਅਦਾ ਕਰੀਏ ਓਨਾ ਹੀ ਥੋੜ੍ਹਾ ਹੈ। ਗੱਲ ਇੱਕ ਹੀ ਵਾਰ ਵਾਰ ਫਿਰ ਅੱਗੇ ਹੁੰਦੀ ਹੈ ਕਿ ਕੰਮ ਜਿਹੜਾ ਵੀ ਬੰਦੇ ਦਾ ਨਾ, ਆਪਣੇ ਕੰਮ ਨੂੰ ਵਧਾਉਣਾ ਜਾਂ ਕਢਾਉਣਾ ਸਾਡੇ ਆਪਣੇ ਹੱਥ ਦੇ ਵਿੱਚ। ਬਿਲਕੁਲ, ਜੇ ਤੇ ਮਿਆਰ ਤੇ ਪੂਰੇ ਆਵਾਂਗੇ, ਕੁਆਲਿਟੀ ਤੇ ਕੰਪਰੋਮਾਈਜ਼ ਨਾ ਕਰਾਂਗੇ ਤੇ ਫਿਰ ਸਾਡਾ ਕੰਮ ਨਹੀਂ ਕਰ ਸਕਦਾ ਇਨਸ਼ਾਅੱਲਾ। ਇਹਨਾਂ ਭਰਾਵਾਂ ਦੀ ਸਪੋਰਟ ਸਾਡੇ ਨਾਲ ਲੈਣੀ ਚਾਹੀਦੀ ਹੈ। ਮੈਂ ਉਹਨਾਂ ਭਰਾਵਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਅਦਾ ਕਰਨਾ ਕਿ ਜਿਹੜੇ ਸਾਡੇ ਨਾਲ ਇੰਨੀ ਸਪੋਰਟ ਕਰਦੇ ਨੇ ਪਏ, ਇੰਨੀ ਚਾਹਤ ਤੇ ਮੁਹੱਬਤ ਹੈ। ਕੋਈ ਵੀਰ ਫੋਨ ਕਰਕੇ ਵੀ ਕਹਿੰਦੇ ਨੇ ਕਹੀਂ ਡਰਾਮਾ ਜਿਹੜਾ ਕਿਸ਼ਤ ਲੱਗਦੀ ਉਹ ਉਹਨੇ ਸ਼ੌਕ ਨਾਲ ਨਹੀਂ ਵੇਖਦੇ ਡੋਗਰ ਸਾਹਿਬ, ਜਿਸ ਤਰ੍ਹਾਂ ਤੁਹਾਡੀ ਵੀਡੀਓ ਵੇਖਦੇ ਆ। ਕੀ ਬਾਤ ਹੈ ਜੀ, ਚਾਹਤ ਜੀ ਉਹਨਾਂ ਦੀ, ਉਹਨਾਂ ਦੀ ਚਾਹਤ ਹੈ ਤੇ ਉਹਨਾਂ ਦੀ ਹੌਸਲਾ ਅਫਜ਼ਾਈ ਹੈ ਕਿ ਅਸੀਂ ਫਿਰ ਬਾਹਰ ਚੜ ਕੇ ਮਾਲ ਬਿਹਤਰ ਅੱਗੇ ਨੂੰ ਲੈ ਕੇ ਕੋਸ਼ਿਸ਼ ਹੁੰਦੀ ਹੈ ਕਿ ਪਿਛਲੇ ਦਫ਼ਾ ਤੋਂ ਵੀ ਚੰਗਾ ਲੈ ਕੇ ਆਈਏ ਯਾਰ, ਪਿਛਲੇ ਤੋਂ ਵੀ ਚੰਗਾ ਲੈ ਕੇ ਆਈਏ। ਮਾਸ਼ਾਅੱਲਾ, ਮੈਨੂੰ ਹੋਰ ਕੋਈ ਤਰੀਕਾ ਨਜ਼ਰ ਨਹੀਂ ਆਇਆ ਫਰਾਜ਼ ਸਾਹਿਬ ਇਹ ਕੰਮ ਕਰਨ ਦਾ। ਮੈਂ ਹੁਣ ਸ਼ੁਰੂ ਕਰ ਦਿੱਤਾ, ਮੈਂ ਗਾਈ ਜਿੱਥੋਂ 3 ਮਹੀਨੇ ਕੱਚੀ ਚੰਗੀ ਲੱਭੇ, 4 ਮਹੀਨੇ ਕੱਚੀ ਲੱਭੇ ਚੰਗੀ ਗਾਈ ਹੋਏ ਕਿ ਕੱਲ ਨੂੰ ਨਾ ਕੱਢਣ ਵਾਲੀ, ਮੈਂ ਉਹ ਵੀ ਲਿਆ ਕੇ ਬੰਨ ਲੈਣਾ ਅੱਲਾ ਦੇ ਫਜ਼ਲ ਨਾਲ। ਔਰ ਮਿਹਨਤ ਜੀ ਜਨਾਬ ਦੀ, ਅੱਜ ਦੀ ਵੀਡੀਓ ਫਰਾਜ਼ ਸਾਹਿਬ ਜਿਹੜੀਆਂ ਗਾਈਆਂ ਨੇ ਇਹਨਾਂ ਨੂੰ ਮੈਂ ਆਪੀ ਤਿਆਰ ਕੀਤਾ ਲਿਆ ਕੇ। ਜ਼ਿੰਦਾਬਾਦ। ਤੇ ਬਾਕੀ ਇਹ ਵੇ ਕਿ ਪੂਰਾ ਨਾਂ ਤੇ ਅੱਲਾ ਦੀ ਜ਼ਾਤ ਹੈ ਬੇਸ਼ੱਕ, ਤੇ ਫੈਸਲੇ ਭਰਾਵਾਂ ਨੇ ਕਰਨੇ ਨੇ ਮਾਲ ਵੇਖ ਕੇ ਹੋਈਆਂ। ਡੋਗਰ ਸਾਹਿਬ ਭਾਈ ਰੇ ਤੁਹਾਨੂੰ ਲੱਭ ਕਿੱਥੋਂ ਜਾਂਦੇ ਨੇ, ਦੂਜਿਆਂ ਨੂੰ ਕਿਉਂ ਨਹੀਂ ਲੱਭਦੇ? ਨੀਅਤ ਸਾਫ਼ ਹੋਏ ਤੇ ਸਭ ਕੁਝ ਹੀ ਲੱਭ ਜਾਂਦਾ ਹੈ। ਤੇ ਜੇ ਨੀਅਤ ਦੇ ਵਿੱਚ ਹੀ ਰੱਖਿਆ ਯਾਰ ਲੈ ਕੇ 2 ਲੱਖ ਦੀ, ਉਹ ਆਜ਼ਮ ਡੋਗਰ ਨੇ ਮੁੱਲ ਪਾਇਆ ਹੋਣਾ ਵੀਡੀਓ ਦੇ ਵਿੱਚ ਇੰਨਾ, ਤੇ ਮੈਂ ਉਹਦੇ ਨਾਲ ਕੋਈ 50,000 ਘੱਟ ਪਾ ਕੇ ਉਸ ਰੇਟ ਤੇ ਮੇਰੀ ਇਹ ਵੀ ਵਿਕ ਜਾਣੀ ਹੈ। ਜਿਹੜੇ ਭਰਾ ਸਕਰੀਨ ਤੇ ਨਵੇਂ ਆਉਂਦੇ ਨੇ ਇੱਕ ਵਾਰੀ ਉਹ ਤੇ ਉਸ ਪਾਸੇ ਜਾਂਦੇ ਨੇ, ਮਾਲ ਉਹ ਵੀ ਮਾੜਾ ਨਹੀਂ ਜਿਸ ਤਰ੍ਹਾਂ ਦਾ ਕਿਸੇ ਨੂੰ ਕੀ ਕਹਿੰਦੇ ਸਿਆਣੇ ਕਹਿੰਦੇ ਹੋਣੇ, ਜਿੰਨਾ ਗੁੜ ਪਾਣਾ ਉਨਾ ਮਿੱਠਾ ਹੋਣਾ। ਤੇ ਇਹ ਵੇ ਕਿ ਧੋਖਾ ਨਹੀਂ ਕਿਸੇ ਨਾਲ ਕਰਨਾ ਚਾਹੀਦਾ, ਮਾਲ ਜੋ ਹੋਏ। ਮੈਂ ਵੀਡੀਓ 'ਚ ਇੱਕੋ ਹੀ ਗੱਲ ਫਰਾਜ਼ ਸਾਹਿਬ ਕਹਿੰਦਾ ਵਾ ਕਿ ਮੇਰਾ ਮਾਲ ਉਹ ਹੀ ਵਹਾਣਾ ਜੋ ਹੈ ਵੇ। ਕਿੰਨੀ ਵਾਰੀ ਤੁਹਾਨੂੰ ਕਿਹਾ ਤੇ ਉਹ ਹੀ ਹੁੰਦਾ ਅੱਲਾ ਦੇ ਫਜ਼ਲ ਨਾਲ। ਲੋਕ ਨਿੱਕੀਆਂ ਨਿੱਕੀਆਂ ਗਾਈਆਂ ਲੈ ਆਉਂਦੇ ਨੇ, ਵੀਡੀਓ ਦੇ ਵਿੱਚ ਵੱਡੀਆਂ ਹੋਈ ਜਾਂਦੀਆਂ ਨੇ। ਬਾਕੀ ਅੱਲਾ ਪਾਕ ਹਰ ਭੈਣ ਭਰਾ ਨੂੰ, ਹਰ ਵੀਰ ਨੂੰ ਹਦਾਇਤ ਦੇ, ਵਿੱਚ ਹੀ ਮੈਂ ਵੀ ਹਾਂ, ਕਹੀਂ ਚੰਗਾ ਕੋਸ਼ਿਸ਼ ਕਰਕੇ ਮਾਲ ਲੈ ਕੇ ਆਈਏ, ਨਹੀਂ ਕਿ ਮੈਂ ਆਪਣੇ ਆਪ ਨੂੰ ਕੱਢਣਾ ਵਾਂ। ਦੂਸਰਾ ਫਰਾਜ਼ ਸਾਹਿਬ, ਡੰਗੇ ਦੀ ਚੋਟ ਤੇ ਇਸ ਗੱਲ ਦਾ ਐਲਾਨ ਅੱਜ ਵੀ ਕਰਨਾ, ਅੱਗੇ ਵੀ ਕਰਨਾ ਵਾ, ਮੇਰੀ ਕੋਈ ਬੰਦਾ ਜ਼ਿਲ੍ਹੇ ਸਿਆਲਕੋਟ ਤੋਂ ਬਾਹਰ ਦੀ ਗਾਈ ਸਾਬਤ ਕਰਦੇ, ਟੋਟਲ ਮਾਲ ਵੀ ਫ੍ਰੀ ਤੇ 5 ਲੱਖ ਰੁਪਇਆ ਵੀ ਇਨਾਮ ਦੇਵਾਂਗਾ। ਮੱਝ ਮੈਂ ਟੋਟਲ ਯੂਜ ਲਿਆਉਣਾ ਵਾਂ,
ਮੱਝ ਤੇ ਵੀ ਇਹੀ ਸਾਰੇ ਕਾਨੂੰਨ ਨੇ। ਅੱਜ ਜਿਹੜੀ ਮੱਝ ਮੇਰੀ ਆਈ ਹੈ ਇਹ ਪਿਛਲੀ ਦਫ਼ਾ ਦੀ ਉਧਰੋਂ ਆਈ ਹੈ, ਮੱਝ ਪਿਛਲੇ ਸੂਏ ਪਹਿਲਾਂ ਇਹ ਕਿਸੇ ਦੋਸਤ ਦੀ ਮੇਰੇ ਕੋਲ ਵਿਕਣ ਵਾਸਤੇ ਆਈ ਹੈ, ਅਮਾਨਤ ਆਈ ਇਹ ਇੱਥੋਂ ਆਈ ਹੈ ਪਿਛਲੇ ਸੂਏ ਦੀ, ਉਹਨਾਂ ਉਧਰੋਂ ਮੱਝ ਮੰਗਵਾਈ ਹੈ। ਬਾਕੀ ਮਾਲ ਵਹਾਨੇ ਆ, ਫੈਸਲੇ ਭਰਾਵਾਂ ਨੇ ਆਪ ਹੀ ਕਰਨੇ ਨੇ ਬਈ, ਕਿਸੇ ਭਰਾ ਦਾ ਮੇਰੇ ਲੋਕੋ ਦਿਲ ਦੁਖਿਆ ਹੋਇਆ ਭਾਈ ਪੰਜਾਬੀ ਦੇ ਵਿੱਚ ਹੀ ਹੁਣ ਹੀ ਮਾਝ ਦਾ ਤੇ ਐਵੇਂ ਬਾਲੇ ਕੱਢ ਦੇਣਾ ਨਾ ਇੱਕ ਦੂਸਰੇ ਦੇ, ਤਾਂ ਗੱਲ ਹੀ ਨਹੀਂ ਨਾ। ਸਾਰੇ ਭਰਾ ਮਾਲ ਲਿਆਉਂਦੇ ਨੇ, ਅੱਲਾ ਪਾਕ ਹਰ ਇੱਕ ਨੂੰ ਚੰਗੇ ਤੋਂ ਚੰਗਾ ਦੇਵੇ, ਆਮੀਨ। ਹਾਂਜੀ, ਅੱਜ ਸ਼ੋਕ ਦੀ ਵੀ ਇਨਸ਼ਾਅੱਲਾ ਇੰਤਹਾ ਹੈ ਡੋਗਰ ਸਾਹਿਬ। ਰਾਜ ਸਾਹਿਬ ਸਾਡੀ ਤੇ ਕੋਸ਼ਿਸ਼ ਹੈ, ਅੱਗੇ ਫਿਰ ਅੱਲਾ ਦੀ ਜ਼ਾਤ ਤੋਂ ਗੱਲਾਂ ਨੇ। ਜ਼ਿੰਦਾਬਾਦ ਨਹੀਂ ਮਾਸ਼ਾਅੱਲਾ ਜੀ, ਤੁਹਾਡੀ ਜਿਹੜੀ ਕੋਸ਼ਿਸ਼ ਹੈ ਮਿਹਨਤ ਹੈ ਉਹਨੂੰ ਵੀ ਸਲਾਮ ਹੈ। ਦੋਸਤਾਂ ਵਾਸਤੇ ਅੱਛੇ ਜਾਨਵਰ ਲੈ ਕੇ ਆਉਂਦੇ ਹੋ, ਕੁਆਲਿਟੀ ਤੇ ਕੰਪਰੋਮਾਈਜ਼ ਨਹੀਂ ਹੁੰਦਾ। ਵੈੜ ਨੰਬਰ 1 ਆ ਗਈ ਮਾਸ਼ਾਅੱਲਾ ਜੀ, ਇਹ ਵੈੜੀ 1 ਮਹੀਨਾ ਤੇ 10 ਦਿਨ ਦੀ ਸੂਈ ਹੈ। ਠੀਕ ਹੈ, 1 ਮਹੀਨਾ ਤੇ 10 ਦਿਨ ਦੀ ਕਿੰਨਵਾਸ ਵਾਸਤੇ ਡਰਦੀ ਹੈ ਨਾ ਭਈ ਗਾਈਆਂ ਹੁਣ ਜੀ ਕਿਹਾ ਮਰਿਆ ਦਾ, ਸਾਡੇ ਕੋਲ ਹੀ ਸੂਈ ਹੈ, ਸਾਡੇ ਕੋਲ ਹੀ ਇਹਦਾ ਬੱਚਾ ਮਰਿਆ ਹੈ। ਠੀਕ ਹੈ, 1 ਮਹੀਨਾ ਤੇ 10 ਦਿਨ ਹੋ ਗਏ ਨੇ ਡੋਗਰ ਸਾਹਿਬ, ਸੂਆ ਕਿੰਨਵਾਂ ਸੂਈ ਹੈ? ਦੂਸਰੇ ਸੂਏ ਸੂਈ ਹੈ 18 ਕਿਲੋ ਦੁੱਧ, ਅਸੀਂ 17 ਦੱਸ ਕੇ ਕਿਸੇ ਭਰਾ ਨੂੰ ਦੇਵਾਂਗੇ, ਮਿਲੇ ਨਾ ਚਵਾਪ ਸਮਾ ਥਾਣਾ ਜੀ ਕੋਈ ਫਰਕ ਹੋਏ, ਮੇਰੀ ਗਰੰਟੀ ਹੈ। ਤੇ ਡੋਗਰ ਸਾਹਿਬ ਚੁਆਈ ਕਿੰਨੀ ਕਰਦੇ ਹੋ ਪੈਦੀ? ਇਹ ਫਰਾਜ ਸਾਹਿਬ ਇਸ ਤਰ੍ਹਾਂ ਹੀ ਪਹਾੜੇ ਤੇ ਬੰਨ ਕੇ ਥੱਲੇ ਵਾਂਗਾ ਪਾ ਕੇ ਚੋਇਆ ਨਹੀਂ, ਲੱਤ ਵੀ ਹਿਲਾਏ, ਮਿਲੇ ਨਾ ਕਿਸੇ ਕੋ ਜਾ ਕੇ ਅਸੀਂ ਜ਼ਿੰਮੇਦਾਰ ਹੋਵਾਂਗੇ। ਠੀਕ ਹੈ ਜੀ, ਇਹ ਸੂਆ ਦੂਸਰਾ ਮਾਸ਼ਾਅੱਲਾ ਜੀ, 1 ਮਹੀਨਾ ਤੇ ਕੋਈ 10 ਕੁ ਦਿਨ ਹੋ ਗਏ ਨੇ ਤੇ ਜਾ ਨਹੀਂ, ਮਗਰ ਇਹ ਥਣ ਦੋਸਤਾਂ ਵੇਖ ਲੈਣੇ ਨੇ, ਸੋਹਣੇ ਲੱਗੇ ਨੇ, ਪਾਵਰਫੁਲ ਮਾਸ਼ਾਅੱਲਾ ਜੀ ਮੱਝਾਂ ਵਾਲੇ ਥਣ ਨੇ। ਹਾਈਟ ਲਾਂ ਵਗੈਰਾ ਚੈੱਕ ਕਰਨੀ, ਜਿਸਮ ਦੋਸਤਾਂ ਵੇਖ ਲੈਣੀ ਹੈ, ਪ੍ਰਿੰਟ ਵੀ ਅੱਛਾ ਮਾਸ਼ਾਅੱਲਾ ਜੀ। ਕੀ ਨਸਲ ਹੈ ਡੋਗਰ ਸਾਹਿਬ ਦੀ? ਸਭ ਤੋਂ ਬਿਹਤਰ ਅਗਰ ਕੋਈ ਦੋਸਤ ਉਹ ਕੰਮ ਕਰਨਾ ਚਾਹੁੰਦਾ, ਉਹ ਸਭ ਤੋਂ ਬਿਹਤਰ ਹੈ ਜੀ। ਹਾਲਸਟੇਨ ਫਰੀਜ਼ੀਅਨ ਤੇ ਚੋਲਸਤਾਨੀ ਕ੍ਰਾਸ, ਸੁਆ ਦੂਸਰਾ, 17 ਕਿਲੋ ਦੁੱਧ ਦੀ ਗਰੰਟੀ ਹੋਏ ਦੀ ਐ ਜ਼ਿਆਦਾ, ਨੰਬਰ 1 ਤੇ ਆ ਗਈ ਮਾਸ਼ਾਅੱਲਾ ਜੀ। ਚਵਾ ਕੇ ਦਵਾਂਗੇ, ਇਹਦਾ ਦੱਸਿਆ 1 ਮਹੀਨਾ 10 ਦਿਨ ਸੂਈ ਨੂੰ ਹੋਏ ਨੇ। ਠੀਕ ਹੈ, ਇਸ ਤੋਂ ਉੱਤੇ ਸੂਈ ਨੂੰ ਟਾਈਮ ਹੋਇਆ ਹੋਇਆ, ਅਸੀਂ ਉਸ ਗੱਲ ਦੇ ਵੀ ਦੇਣ ਦਾ। ਠੀਕ ਹੈ ਜੀ ਡਾਕਟਰ ਸਾਹਿਬ, ਵੈੜ ਨੰਬਰ 1 ਦਾ ਰੇਟ ਜ਼ਿੰਦਾਬਾਦ। ਅਸੀਂ ਇਹ ਨੀ ਕਰਨਾ ਕਿ ਲਿਆਣ ਕੇ ਬੱਚਾ ਲਿਆ ਕੇ ਥੱਲੇ ਲਾ ਕੇ ਵੇਚ ਦਈਏ, ਜੋ ਨਸੀਬ ਚ ਉਹ ਹੀ ਲੱਭਣਾ। ਦੁੱਧ 17 ਕਿਲੋ ਤੋਂ ਘੱਟ ਨੀ ਹੋਏਗਾ, ਦੁੱਧ 18 ਕਿਲੋ 17 ਦੱਸਿਆ, ਲੱਤ ਵੀ ਹਿਲਾਏ, ਅਸੀਂ ਜ਼ਿੰਮੇਦਾਰ ਆ, ਇੰਜੀ ਥੱਲੇ ਬਹਿ ਕੇ ਚੋ ਲੈਣਾ, ਕਿਤੇ ਲੱਤ ਵੀ ਨੀ ਹਿਲਾਉਂਦੀ, ਚੋਖਰ ਦਾ ਭਾੜਾ ਪਾਉਂਦੇ ਆ। ਜ਼ਬਰਦਸਤ, ਅੱਗੇ ਕਰਾਈਏ ਤੋਹਫਾ ਚੈੱਕ। ਲੋਏ ਦੋਸਤ, ਇਹ ਵੇ ਜੀ ਜਰਸੀ ਮਾਸ਼ਾਅੱਲਾ ਜੀ, ਇਹ ਅੱਖ ਮੋਟੀ, ਕੰਨ ਛੋਟੇ, ਚਿਹਰਾ ਐਵੇਂ ਛੋਟਾ, ਤੇ ਥੱਲੇ ਚੈੱਕ ਕਰੋ ਜੀ ਜਿਹੜਾ ਨਜ਼ਾਰਾ ਕੀਤਾ। ਵੈੜ ਨੰਬਰ 2 ਬਾਈ ਇਰਫਾਨ ਸਾਹਿਬ, ਸਬਰ ਸਾਹਿਬ ਆਓ ਜੀ ਜ਼ਰਾ ਨਾਲ, ਉਹਨਾਂ ਹੀ ਲਿਬਾਸ ਹੈ। ਇਹ ਚੈੱਕ ਕਰੋ ਜੀ ਜਰਸੀ ਦੀ ਜਸਾਮਤ, ਦੋਸਤਾਂ ਨੂੰ ਪਤਾ ਕਿ ਪੂਰੀ ਪੂਰੀ ਹੁੰਦੀ ਮਾਸ਼ਾਅੱਲਾ ਜੀ। ਵੈੜ ਨੰਬਰ 2 ਜਰਸੀ, ਚਿਹਰੇ ਦੀ ਖੂਬਸੂਰਤੀ ਦੋਸਤਾਂ ਵੇਖਣੀ ਮਾਸ਼ਾਅੱਲਾ ਜੀ। ਬੰਨ ਲੈ ਚਲਾ ਜੀ, ਬੰਨ ਕੇ ਬੱਚਾ ਲਾ ਦਿਓ, ਬੰਨੋ ਜੀ। ਇਹ ਚੈੱਕ ਕਰੋ ਜੀ ਜਿਹੜੀ ਪੰਡ ਥੱਲੇ ਪਾਈ ਹੈ, ਜਾ ਕੀ ਪਿੱਛੇ ਪਾਈ ਹੈ, ਸਬਰ ਬੱਚਾ ਜੀ, ਪਿੱਛੇ ਦਾ ਬੱਚਾ ਮਾਸ਼ਾਅੱਲਾ ਜੀ। ਵੇਖੋ ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਚਿਹਰੇ ਦੀ ਖੂਬਸੂਰਤੀ ਵੇਖਣੀ ਮਾਸ਼ਾਅੱਲਾ। ਠੀਕ ਹੈ, ਮੇਰੀ ਵੈੜੀ ਦੇ ਕੋਲ ਹੁਣ ਵੀ 25 ਕਿਲੋ ਬੋਲਾ ਹੋਏਗਾ,
ਹੁਣ ਵੱਛੀ ਦੇ ਕੋਲ ਕੋ 5 ਕਿਲੋ ਬੌਲਾ ਵੀ ਹੋਏਗਾ ਤੇ ਪਹਿਲੀ ਚੁਆਈ ਚ ਕਿੰਨਾ ਕੱਢਿਆ ਰਾਜ ਸਾਹਿਬ ਇਹ ਗੱਲ ਰਹਿਣ ਦਵੋ ਬਸ ਠੀਕ ਹੈ ਅੱਲਾ ਦੇ ਫਜ਼ਲ ਨਾਲ ਜਰਸੀ ਨਸਲ ਖਲੋ ਭਾਈ ਲੈ ਫੁੱਟਬਾਲ ਹੀ ਉਹਨਾਂ ਵੈੜੀ ਦੇ ਕੋਲ ਹੁਣ ਬੋਲਾ ਹੈ ਲੋ ਜੀ ਦੋਸਤੋ ਚਿਹਰਾ ਦੋਸਤਾਂ ਫਿਰ ਵੇਖਣਾ ਮਾਸ਼ਾਅੱਲਾ ਜੀ ਐਵੇਂ ਛੋਟਾ ਜਿਹਾ ਬਰੀਕ ਅੱਖ ਚਲੋ ਖਲਾਰ ਭਾਈ ਆਦਾ ਚਿਹਰਾ ਸਾਹਮਣੇ ਕਰੋ ਜੀ ਅੱਖ ਮੋਟੀ ਏ ਇਹ ਜਰਸੀ ਪਿੱਛੇ ਦੇ ਬੱਚਾ ਇਹ ਕਿੰਨੇ ਦੰਦ ਆ ਚੌਕੀ ਦੂਸਰੇ ਸੂਏ ਸੂਈ ਏ ਸੂਆ ਦੂਸਰਾ ਮਾਸ਼ਾਅੱਲਾ ਜੀ ਚਾਰ ਦੰਦ ਚੀਜ਼ ਹੋ ਰਿਹਾ ਫਰਾਜ਼ ਸਾਹਿਬ ਕਿਸੇ ਵੀ ਭਰਾ ਕਾ ਹੁੰਦੀ ਉਹਨੇ ਪਹਿਲਾਂ ਕਹਿ ਕੇ ਵੱਛੀ ਵੇਚਣੀ ਸੀ 18 ਮਹੀਨਿਆਂ ਦੀ ਪਹਿਲੇ ਸੂਏ ਵੱਛੀ ਸੂਈ ਸੀ 30 ਪਲੱਸ ਰਹੀ 18 ਮਹੀਨਿਆਂ ਦੀ ਵੱਛੀ ਦੂਸਰੇ ਸੂਏ ਹੁਣ ਵੱਛੀ ਸੂਈ ਏ ਇਹ ਪਿਛਲੀ ਵੀਡੀਓ ਦੇ ਵਿੱਚ ਮੈਂ ਕੱਚੀ ਵੱਛੀ ਵਿਖਾਈ ਏ ਉਹ ਯਹੀ ਵੇਖ ਕੇ ਮਾਸ਼ਾਅੱਲਾ ਜੀ ਹੁਸ਼ ਹੋਏ ਆ ਕਿ ਤੁਹਾਡੀ ਮਿਹਨਤ ਇਹ ਮਿਹਨਤ ਕੀ ਵੱਛੀ ਤੇ ਮੈਂ ਕਹਾ ਵੱਛੀ ਸਵਾ ਕੇ ਵੇਖ ਲੋਏ ਦੋਸਤੋ ਥਣ ਵੀ ਵੇਖਣੇ ਨੇ ਸੋਹਣੇ ਲੱਗੇ ਨੇ ਪਾਵਰਫੁਲ ਮਾਸ਼ਾਅੱਲਾ ਜੀ ਥਣਾਂ ਦੀ ਵੰਡ ਵੀ ਦੋਸਤਾਂ ਵੇਖ ਲੈਣੀ ਹੈ ਜਰਸੀ ਨਸਲ ਸੂਆ ਦੂਸਰਾ ਪਿੱਛੇ ਦੇ ਬੱਚਾ ਤੇ ਚਿਹਰੇ ਦੀ ਖੂਬਸੂਰਤੀ ਦੋਸਤਾਂ ਫਿਰ ਚੈੱਕ ਕਰਨੀ ਹੈ ਤੇ ਥੱਲੇ ਜਿਹੜਾ ਨਜ਼ਾਰਾ ਕੀਤਾ ਦੋਸਤਾਂ ਉਹ ਵੀ ਵੇਖਣਾ ਨੰਬਰ 2 ਤੇ ਆ ਗਈ ਹੈ ਤੇ 5 ਕਿਲੋ ਬੋਲਾ ਜੀ ਦੋਹਾਂ ਟਾਈਮਾਂ ਦਾ ਟੋਟਲ ਚਵਾਈ ਫਿਲਹਾਲ ਕੀ ਹੋਈ ਪਲੱਸ ਹੋਏਗੀ ਅੱਲਾ ਦੇ ਫਜ਼ਲ ਦੇ ਨਾਲ ਇਨਸ਼ਾਅੱਲਾ ਜੀ ਲੋਏ ਦੋਸਤੋ ਲਿਬਾਸ ਫਿਰ ਵੇਖ ਲੈਣਾ ਮਾਸ਼ਾਅੱਲਾ ਜੀ ਪੰਡ ਸੋਹਣੀ ਪਾਈਏ ਵੈੜ ਨੰਬਰ 2 ਥਣ ਵੀ ਦੋਸਤਾਂ ਵੇਖਣੇ ਨੇ ਮਾਸ਼ਾਅੱਲਾ ਜੀ ਜੀ ਡੋਗਰ ਸਾਹਿਬ ਵੈੜ ਨੰਬਰ 2 ਦਾ ਮੁੱਠੀ ਥਾਂ ਓਨੀ ਆਪੀ ਓਨਾ ਹੀ ਲਿਬਾਸ ਕੀਤਾ ਬਿਲਕੁਲ ਜੀ ਫੈਜ਼ ਸਾਹਿਬ ਵੈੜੀ ਦਾ ਰੇਟ ਮੈਂ ਕਹਿੰਦਾ ਨਾ ਦਈਏ ਕੋ ਭਰਾ ਫੋਨ ਤੇ ਪੁੱਛ ਲਏਗਾ ਹੋਰ ਵੀ ਕੋਈ ਹੈ ਇੱਕ ਗੱਬਣ ਉਹਦਾ ਵੀ ਨਹੀਂ ਨਾ ਦੇਣਾ ਫਿਰ ਰਾਜ ਸਾਹਿਬ ਪੱਕਾ ਤੇ ਫਾਈਨਲ ਰੇਟ ਹੋਏਗਾ ਵੈੜੀ ਦਾ 4,85,000 ਰੁਪਇਆ 4,85,000 ਰੁਪਇਆ ਅੱਜ ਦਾ ਅੱਜ ਦੀ ਵੀਡੀਓ ਦਾ ਰੇਟ ਹੋਏਗਾ ਠੀਕ ਹੈ ਜੀ ਇਹ ਚੀਜ਼ ਸ਼ੋਕੀਆ ਮਾਸ਼ਾਅੱਲਾ ਜੀ ਰੇਟ ਵੀ ਦੋਸਤਾਂ ਨੂੰ ਦੱਸ ਦਿੱਤਾ ਕੀਮਤ ਇਹ 4,85,000 ਜਰਸੀ ਨੰਬਰ 2 ਤੇ ਚੈੱਕ ਕਰਾਈਏ ਖਲਾਰ ਭਾਈ ਇਰਫਾਨ ਨੂੰ ਖੋਲ ਹੱਥੇ ਜ਼ਰਾ ਖਲਾਰ ਸਾਹਿਬ ਇਹ ਚੈੱਕ ਕਰੋ ਮਾਸ਼ਾਅੱਲਾ ਦੇਖੋ ਮਾਸ਼ਾਅੱਲਾ ਵੈੜੀ ਐਸਐਕਸ ਡੋਜ਼ ਦੀਆਂ ਵੱਛੀਆਂ ਨੇ ਨਾ ਵੈੜੀਆਂ ਦੇ ਪਿੱਛੇ ਇਹਦੇ ਪਿੱਛੇ ਵੀ ਸੈਕਸ ਡੋਜ਼ ਦੀ ਵੱਛੀ ਹੈ ਮਾਸ਼ਾਅੱਲਾ ਜੀ ਡੱਚ ਠੀਕ ਹੈ ਡੱਚ ਯਾਨੀ ਕਿ ਜਿਹੜੀ ਪਿੱਛੇ ਵੱਛੀ ਹੈ ਡੱਚ ਵੀ ਪਾਵਰਫੁਲ ਮੱਝਾਂ ਵਾਲੇ ਥਾਣਾਂ ਦੀ ਵੰਡ ਵੀ ਦੋਸਤਾਂ ਵੇਖ ਲੈਣੀ ਨੰਬਰ ਆ ਗਈ 3 ਤੇ ਪਿੱਛੇ ਮਾਸ਼ਾਅੱਲਾ ਜੀ ਸੈਕਸ ਸਿਮਨ ਦੀ ਵੱਛੀ ਹੈ ਵੈੜ ਨੰਬਰ 3 ਡੋਗਰ ਸਾਹਿਬ ਕਿੰਨਵਾਂ ਸਵਾਦ ਕਿਦਾਂ ਦੀ ਸੂਈ ਹੈ ਠੀਕ ਹੈ ਲੋ ਦੋਸਤੋ ਇਹ ਨਜ਼ਾਰਾ ਕਰ ਲੈਣਾ ਤੇ ਮਾਸ਼ਾਅੱਲਾ ਦਾ ਕਮੈਂਟ ਲਾਜ਼ਮੀ ਕਰਨਾ ਤੇ ਡੋਗਰ ਸਾਹਿਬ ਸ਼ੋਕ ਅੱਛਾ ਕਰਾਂਦੇ ਨੇ ਜ਼ਿਆਦਾ ਨਹੀਂ ਤੇ ਕਮ ਅਜ਼ ਕਮ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ ਤੁਹਾਨੂੰ ਦੋਸਤਾਂ ਫਿਰ ਵੇਖਣੇ ਨੇ ਸੋਹਣੇ ਪਾਵਰਫੁਲ ਲੱਗੇ ਨੇ ਸੂਆ ਦੂਸਰਾ ਸੂਈ ਇਹ ਚੈੱਕ ਕਰੋ ਮਾਸ਼ਾਅੱਲਾ ਪਿਛਲੀ ਸਾਈਡ ਤੇ ਵਾਜ਼ਿਹ ਤੌਰ ਤੇ ਲਿਬਾਸ ਨਜ਼ਰ ਆਉਂਦਾ ਪਿਆ ਡੋਗਰ ਸਾਹਿਬ ਕਿਦਾਂ ਦੀ ਸੂਈ ਹੈ ਇਹ ਫਰਾਜ਼ ਸਾਹਿਬ ਅੱਜ ਸਰਗੀ ਸੂਈ ਹੈ ਇਹ ਵੈੜੀ ਦੀ ਵੀ ਇੱਕ ਚਵਾਈ ਹਲੇ ਦੀ ਠੀਕ ਹੈ ਇੱਕ ਹੀ ਦੀ ਚਵਾਈ ਹੋਈ ਹੈ ਇਹਦਾ 36 ਕਿਲੋ ਦੁੱਧ ਦਾ ਵੈੜੀ ਦਾ ਪਿਛਲੇ ਸੂਏ ਦਾ ਰਿਕਾਰਡ ਹੈ ਪਹਿਲਾਂ ਦਾ 36 ਕਿਲੋ ਦੁੱਧ ਦਾ ਠੀਕ ਹੈ ਹੁਣ ਪਹਿਲੀ ਚਵਾਈ ਚ ਕਿੰਨਾ ਬੋਲਾ ਕੱਢਿਆ
ਰਾਜ ਸਾਹਿਬ ਐ ਵੈੜੀ ਦਾ ਅਸੀਂ 23-24 ਕਿਲੋ ਬੌਲਾ ਕੱਢਿਆ ਬੱਚੇ ਨੂੰ ਰਝਾ ਕੇ ਬੱਚੀ ਇਹ ਪਹਿਲੀ ਚੁਆਈ ਚ ਠੀਕ ਇਹ ਪਿੱਛੇ ਦੇ ਬੱਚੀ ਹੈ ਤੇ ਮਾਸ਼ਾਅੱਲਾ ਜੀ ਬੱਚੀ ਜ਼ਰਾ ਵੇਖ ਲੈਣੀ ਹੈ ਇਹ ਭਾਈ ਇਰਫਾਨ ਸਾਹਮਣੇ ਕਰੋ ਸਾਹਿਬ ਕਿਸੇ ਭਰਾ ਨਾਲ ਸੌਦਾ ਹੋਈ ਜਾਵੇ ਜੀ ਜੀ ਮੂੰਹੋਂ ਮੰਗ ਕੇ ਸਾਡੇ ਕੋਲ ਬੱਚੀ ਦੇ ਪੈਸੇ ਲੈ ਲਵੇ ਅਸੀਂ ਬੱਚੀਆਂ ਰੱਖ ਲਾਂਗੇ ਮਹਿੰਗਾਈਆਂ ਇਹ ਨਾੜੂ ਵੀ ਸਾਹਮਣੇ ਨਜ਼ਰ ਹੁੰਦਾ ਪਿਆ ਸੈਕਸ ਸਿਮਨ ਦੀ ਬੱਚੀ ਵੈੜ ਨੰਬਰ ਤੇ ਠੀਕ ਆਪਣੀ ਹਲੇ ਚਮੀਆਂ ਘੰਟਿਆਂ ਨਹੀਂ ਬੱਚੀ ਨਹੀਂ ਹੋਈ ਤੇ ਬੱਚੀ ਦਾ ਕੱਦ ਵੇਖੋ ਮਾਸ਼ਾਅੱਲਾ ਇਹ ਤੇ ਇੰਜ ਲੱਗਦਾ ਜਿਵੇਂ 10-15 ਦਿਨਾਂ ਦੀ ਹਾਂਜੀ ਤੇ ਡੋਗਰ ਸਾਹਿਬ ਆਪਣੀ ਪਿੱਛੇ ਵੈੜੀ ਦਾ ਪੂਰੇ ਵੇਖੋ ਵੈੜੀ ਨਾਲੇ ਪੂਰੇ ਨਹੀਂ ਚੁੱਕੇ ਮੈਂ ਉਹ ਵੀ ਚੈੱਕ ਕਰਾ ਦਿੰਦਾ ਡੋਗਰ ਸਾਹਿਬ ਕੀ ਨਸਲ ਹੈ ਆਪੀ ਇਹਦੀ ਪਾਵਰਫੁਲ ਮੱਝਾਂ ਨੇ ਲੱਗੇ ਨੇ ਤੇ ਜਿਹੜੀ ਚੀਜ਼ ਪਿੱਛੇ ਵੇ ਉਹ ਵੀ ਅਨਮੋਲ ਕੀਮਤੀ ਸੈਕਸ ਸਿਮਨ ਦੀ ਬੱਚੀ ਹੈ ਡੱਚ ਬਰੀਡ ਵਿੱਚ ਮਾਸ਼ਾਅੱਲਾ ਜੀ ਇਹ ਚਿਹਰਾ ਵੀ ਦੋਸਤਾਂ ਨੂੰ ਚੈੱਕ ਕਰਾ ਦਿੰਦੇ ਹਾਂ ਵੈੜ ਨੰਬਰ 3 ਸੀ ਟੋਰੋ ਭਾਈ ਜਾਨ ਸਾਡੀ ਵੈੜੀ ਦੇ ਕੋਲ ਅੱਲਾ ਦੇ ਫਜ਼ਲ ਨਾਲ ਬੌਲਾ 26-27 ਕਿਲੋ ਹੋਏਗਾ ਇਨਸ਼ਾਅੱਲਾ ਹਾਂਜੀ ਲਾਜ਼ਮੀ ਤੌਰ ਤੇ ਸੋਹਣੀ ਪੰਡ ਪਾਈ ਅੱਲਾ ਹੈ ਰੱਖੇ ਜੀ ਲਓ ਜੀ ਦੋਸਤੋ ਨਜ਼ਾਰਾ ਫੇਰ ਕਰਾ ਦਿੰਦੇ ਹਾਂ ਨੰਬਰ ਆ ਗਈ 3 ਤੇ ਮਾਸ਼ਾਅੱਲਾ ਜੀ ਹਾਲ ਸਟੇਨ ਫਰੀਜ਼ੀਅਨ ਤੇ ਚੋਲਸਤਾਨੀ ਕ੍ਰਾਸ ਵੈੜ ਨੰਬਰ 3 ਪਿੱਛੇ ਸੈਕਸ ਸਿਮਨ ਦੀ ਬੱਚੀ ਜੀ ਡੋਗਰ ਸਾਹਿਬ ਵੈੜ ਨੰਬਰ 3 ਦਾ ਰੇਟ ਰਾਜ ਸਾਹਿਬ ਪੱਕਾ ਤੇ ਫਾਈਨਲ ਰੇਟ ਹੋਏਗਾ ਔਰ ਅੱਜ ਦੀ ਵੀਡੀਓ ਦਾ ਰੇਟ ਹੋਏਗਾ 4,70,000 ਦੀ ਜਿਹੜੇ ਭਰਾ ਨੂੰ ਚੰਗੀ ਲੱਗੇ ਵੈੜੀ ਦੇ ਦਿਆ 4,70,000 ਤੇ ਨੰਬਰ ਆ ਗਈ 3 ਤੇ ਮਾਸ਼ਾਅੱਲਾ ਜੀ ਇਹ ਦੋ ਹੀ ਨੇ ਇੱਕ ਨਹੀਂ ਰੇਟ ਨੇ ਮਾਲ ਦੇ ਜਿਸ ਤਰ੍ਹਾਂ ਦਾ ਮਾਲ ਹੈ ਮਾਲ ਨਜ਼ਰ ਆਉਂਦਾ ਪਿਆ ਬਾਕੀ ਫੈਸਲੇ ਭਰਾਵਾਂ ਕਰਨੇ ਨੇ ਅਸੀਂ ਵੀ ਤਾਂ ਬ੍ਰਾਂਡ ਕਿਹਾ ਨਾ ਇਹ ਵੈੜੀਆਂ ਕਿਸੇ ਬੰਦੇ ਦੇ ਕੋਲ ਹੁੰਦੀਆਂ ਤੇ ਐਵੇਂ ਹੀ ਬੇਤੁੱਕੇ ਮੁੱਲ ਕੇ ਪਾਛੜਨੇ ਹਨ ਮੈਂ ਵੈੜੀਆਂ ਦੇ ਰੇਟ ਦੇਣ ਡਿਆ ਵਾ ਮੈਂ ਕਿਹਾ ਕੋਈ ਨੀ ਯਾਰ ਆਪੀ ਸੇਵਾ ਕੀਤੀ ਜੀ ਜੀ ਰਾਜ ਸਾਹਿਬ ਇਹ ਵੈੜੀ ਵੇਖੋ ਇਹ ਵੈੜੀ ਕੱਲ ਸੂਈ ਹੈ ਦੋ ਝਮਾਈਆਂ ਰੀਆਂ ਇਹਨੂੰ ਭਾਵੇਂ ਹੱਥੀ ਕਹਿ ਲਵੋ ਵੈੜੀ ਵੇਖੋ ਉਹ ਹੀ ਸਰ ਮਾਸ਼ਾਅੱਲਾ ਜਸਾਮਤ ਚੰਗੀ ਹੈ ਲਾਂ ਵੀ ਚੰਗੀ ਹੈ ਦੂਸਰੇ ਜਾਨਵਰ ਵੀ ਠੀਕ ਹੈ 116.6 ਬੜੀ ਨਸਲ ਹੁੰਦੀ ਸੀ ਘਰੇ ਗਾਈਆਂ ਹੁੰਦੀਆਂ ਮਸ਼ਹੂਰ ਜਾਂ ਸਿਆਲਕੋਟ ਦੀਆਂ ਜਾਂ ਡੀਪੂ ਸਰਗੋਧੇ ਨੇ ਇਹ ਉਹ ਨਸਲ ਦੀਆਂ ਗਾਈਆਂ ਨੇ 116.6 ਹੈ ਠੀਕ ਹੈ ਜੀ ਨਾਲ ਇਹਦੇ ਚੌਬਸਤਾਨੀ ਦਾ ਮਿਕਸ ਹੈ ਠੀਕ ਹੈ ਚੋਲਸਤਾਨੀ ਦਾ ਕਰਾਸ ਠੀਕ ਹੈ ਪਹਿਲੇ ਸੂਏ ਦਾ 42 ਲੀਟਰ ਦਾ ਰਿਕਾਰਡ ਹੁਣ ਦੂਸਰਾ ਸੂਈ ਹੈ ਪਿੱਛੇ ਦੇ ਵੀ ਬੱਚੀ ਜੇ ਕਿਸੇ ਭਰਾ ਨਾਲ ਸੌਦਾ ਹੋਈ ਵੱਛੀ ਦੇਣੀ ਹੋਏ ਤੇ ਵੀ ਵੱਛੀ ਅਸੀਂ ਰੱਖਾਂਗੇ ਠੀਕ ਹੈ ਨੰਬਰ ਆ ਗਈ ਹੈ 4 ਤੇ ਮਾਸ਼ਾਅੱਲਾ ਜੀ ਲਿਬਾਸ ਚੰਗਾ ਕੀਤਾ ਪ੍ਰਿੰਟ ਵੀ ਸੋਹਣਾ ਕੱਦ ਵੀ ਦੋਸਤਾਂ ਵੇਖ ਲੈਣਾ ਜਸਾਮਤ ਵੱਡੀ ਹੈ ਮਾਸ਼ਾਅੱਲਾ ਜੀ ਇਹ ਭਾਈ ਇਰਫਾਨ ਲੈ ਆਵੋ ਖੋਲ ਗਿਆ ਹਲਕਾ ਜਿਹਾ ਚੱਕਰ ਲਵਾਓ ਪਿੱਛੇ ਤੇ ਮਾਸ਼ਾਅੱਲਾ ਜੀ ਸੈਕਸ ਸਿਮਨ ਦੀ ਬੱਚੀ ਰਾਜ ਸਾਹਿਬ ਕੈਮਰੇ ਕੋਲ ਜੇ ਤਾਂ ਖੁੱਲੀਆਂ ਰਹੀਆਂ ਨੇ ਇਹ ਦੱਸੇ ਇਹਨਾਂ ਨੂੰ ਆ ਹੁਣ ਪਏ ਠੀਕ ਹੈ ਜੀ ਲੋਏ ਦੋਸਤੋ ਕਰੋ ਨਜ਼ਾਰਾ ਮਾਸ਼ਾਅੱਲਾ ਜੀ ਲਿਬਾਸ ਦੋਸਤਾਂ ਵੇਖ ਲੈਣਾ ਪੰਡ ਸੋਹਣੀ ਪਾਈ ਹੈ ਇਹ ਡੋਗਰ ਸਾਹਿਬ ਸੂਆ ਦੂਸਰਾ ਦੱਸਿਆ ਤੇ ਕਿਦਾਂ ਦੀ ਸੂਈ ਹੈ ਦੂਸਰਾ ਸੂਆ ਕੱਲ ਦੀ ਸੂਈ ਹੈ ਰਾਜ ਸਾਹਿਬ ਵੈੜੀ ਵੇਖੋ ਲੋਏ ਦੋਸਤੋ ਇਹ ਚੈੱਕ ਕਰੋ ਚੀਜ਼ ਅੱਛੀ ਦੋਸਤਾਂ ਵੀ ਮਾਸ਼ਾਅੱਲਾ ਦਾ ਕਮੈਂਟ ਲਾਜ਼ਮੀ ਕਰਨਾ ਹੈ ਹਾਈਟ ਵੇਖ ਲੈਣੀ ਹੈ ਲਾਮ ਚੈੱਕ ਕਰਨੀ ਹੈ ਕੱਲ ਦੀ ਸੂਈ ਹੈ ਮਾਸ਼ਾਅੱਲਾ ਜੀ ਡੋਗਰ ਸਾਹਿਬ ਕਿੰਨੀਆਂ ਚਵਾਈਆਂ ਕੀਤੀਆਂ ਨੇ ਦੀਆਂ ਇਹਨੀਆਂ ਫਰਾਜ਼ ਸਾਹਿਬ ਚਵਾਈਆਂ ਦੋ ਹੋਈਆਂ ਦੋ ਚਵਾਈਆਂ ਕੀ ਕੋਈ ਸੂਰਤੇ ਵਾਲੇ ਬੋਲੇ ਦੀ ਇਹਦੇ ਕੋਲ ਫਰਾਜ਼ ਸਾਹਿਬ ਬੋਲਾ ਹੋਏਗਾ ਕੋਈ 30 ਲੀਟਰ ਦੇ ਅੱਗੇ ਪਿੱਛੇ ਠੀਕ ਹੈ ਇੱਕ ਦਿਨ ਦਾ ਟੋਟਲ ਯਾਨੀ ਬੱਚੇ ਸਮੇਤ ਜਿਹੜਾ ਮੌਜੂਦਾ ਬੋਲਾ ਕੋਈ 30 ਲੀਟਰ ਪਿੱਛੇ ਦੇ ਸੈਕਸ ਸਿਮਨ ਦੀ ਬੱਚੀ ਹੈ ਨਾੜੂ ਦੋਸਤਾਂ ਵੇਖ ਲੈਣਾ ਸਾਹਮਣੇ ਨਜ਼ਰ ਆਉਂਦਾ ਪਿਆ ਬਾਈ ਇਰਫਾਨ ਟੋਰਿਓ ਜੀ ਨੰਬਰ ਆ ਗਈ 4 ਤੇ ਪੂਰਾ ਸ਼ੋਕੀਆ ਜਾਨਵਰ ਹੈ ਪਹਿਲਵਾਨ ਚੀਜ਼ ਹੈ ਲਿਬਾਸ ਦੋਸਤਾਂ ਫਿਰ ਵੇਖਣਾ ਮਾਸ਼ਾਅੱਲਾ ਜੀ ਪੰਡ ਸੋਹਣੀ ਪਾਈ ਹੈ ਥਾਣਵੀ ਦੋਸਤਾਂ ਚੈੱਕ ਕਰਾ ਦਿੰਦੇ ਹਾਂ ਮਾਸ਼ਾਅੱਲਾ ਜੀ ਵੈੜ ਨੰਬਰ 4 ਤੇ ਪਿੱਛੇ ਦੇ
ਸੈਕਸ ਸਿਮਨ ਦੀ ਵੱਛੀ ਡੱਚ ਬਰੀਡ ਆ ਪੀ ਵੀ ਆ ਫਿਰ ਡੱਚ ਤੇ ਚੁਲਸਤਾਂ ਦੀ ਕਲਾਸ ਹੋ ਗਈ ਠੀਕ ਜੀ ਡੋਗਰ ਸਾਹਿਬ ਇਹ ਵੈਟ ਨੰਬਰ 4 ਦਾ ਰੇਟ ਇੱਧਰ ਸਾਹਮਣੇ ਆ ਗਏ ਸਰ ਰਾਜ ਸਾਹਿਬ ਮੈਂ ਮਾਜ਼ਰ ਚਾਹਾਂਗਾ ਵੈਟ ਦਾ ਰੇਟ ਨਹੀਂ ਦੇ ਰਿਹਾ ਠੀਕ ਹੈ ਇਹ ਸਾਰਿਆਂ ਦੋਸਤਾਂ ਨੇ ਜਿਨ੍ਹਾਂ ਨੇ ਵੇਖਣੀ ਉਹਨਾਂ ਦੀ ਸਮਝ ਦੇ ਵਿੱਚ ਕੀ ਚੀਜ਼ ਹੈ ਅਸੀਂ ਵੀ ਇਹਨਾਂ ਦਾ ਰੇਟ ਦੇ ਕੇ ਆਏ ਹਾਂ ਪਿੱਛੇ ਰੇਟ ਦੇਵਾਂਗਾ ਕੋਈ ਵੀ ਭਰਾ ਨਾਰਾਜ਼ ਹੋਏ ਤਾਂ ਮਾਜ਼ਰ ਚਾਹੁੰਦਾ ਵਾਂ ਫੋਨ ਦੇ ਉੱਤੇ ਜਿਨ੍ਹਾਂ ਨੂੰ ਪਸੰਦ ਹੋਏ ਇਹਨਾਂ ਦਾ ਰੇਟ ਪੁੱਛ ਲਵੇ ਠੀਕ ਇਹ ਵੈੜੀ ਪਹਿਲਾਂ ਮੱਛੀ ਖੀਰੀ ਸੂਈ ਸੀ ਅੱਛਾ ਇਹਦਾ 50 ਕਿਲੋ ਦਾ ਰਿਕਾਰਡ ਰਿਹਾ ਪਹਿਲਾਂ ਮੱਛੀ ਦਾ ਹੁਣ ਦੂਸਰੇ ਸਮੇਂ ਤਿਆਰ ਹੋ ਰਹੀ ਹੈ ਰਾਜ ਸਾਹਿਬ ਜੀ ਡੋਗਰ ਸਾਹਿਬ ਵੇਖੋ ਮੱਛੀ ਦੇ ਨਾਲ ਮੈਂ ਖਲੋਤਾ ਵਾਂ ਤੇ ਵੇਖੋ ਮੱਛੀ ਦਾ ਮਾਸ਼ਾਅੱਲਾ ਤੁਸੀਂ ਇੱਕ ਦਫਾ ਫਿਰ ਉਹਦੇ ਨਾਲ ਵੀ ਖਲੋਵੋ ਜੇ ਡਰੇ ਨਾ ਤੇ ਉਹ ਵੀ ਏਡੀ ਹੈਗੀ ਆ ਲੇਕਿਨ ਇਹਦੇ ਕਿ ਮੈਂ ਬੜੇ ਸ਼ੌਕ ਨਾਲ ਮੱਛੀ ਆਂਦੀ ਹੈ ਸਾਹਮਣੇ ਵੇਖੋ ਜ਼ਰਾ ਅੰਦਰ ਹੁਣ ਡੋਗਰ ਸਾਹਿਬ ਨੂੰ ਬ੍ਰਾਂਡ ਅਗਰ ਕਹਿੰਦੇ ਆ ਤੇ ਮਾਸ਼ਾਅੱਲਾ ਜੀ ਡੋਗਰ ਸਾਹਿਬ ਵੀ ਇਹ ਬ੍ਰਾਂਡ ਬਣਨ ਦਾ ਕਦਾ ਕਰਦੇ ਨੇ ਸ਼ੌਕ ਚੱਕਰਾਂਦੇ ਨੇ ਇਹਨਾਂ ਦੀ ਵੀ ਮਿਹਨਤ ਹੈ ਤੇ ਜਿਹੜੇ ਦੋਸਤ ਵੀਡੀਓ ਵੇਖਦੇ ਨੇ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਨੇ ਆ ਕਿ ਉਹ ਵੀ ਹੌਸਲਾ ਅਫਜ਼ਾਈ ਕਰਦੇ ਨੇ ਤੇ ਹੁਣ ਦੋਸਤਾਂ ਦੀ ਵੀ ਗੁਜ਼ਾਰਿਸ਼ ਹੈ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ ਹੈ ਤਿੰਨ ਕੁ ਦਿਨ ਰਹਿੰਦੇ ਨੇ ਪਰ ਸੁਬਾਹ ਨੇ ਦੂਸਰਾ ਸੁਣਿਆ ਡੱਚ ਡੋਗਰ ਸਾਹਿਬ ਹਾਂਜੀ ਚਿਹਰਾ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ ਇਹਦਾ ਕੋਈ ਪਿਛਲੇ ਸੂਏ ਦਾ ਰਿਕਾਰਡ ਭਾਈ ਇਰਫਾਨ ਇੱਥੇ ਲਿਆਓ ਸਰ 50 ਲੀਟਰ ਪਲੱਸ ਰਹੀ ਹੈ ਅੱਛਾ 50 ਪਲੱਸ ਹੈ ਹਾਂਜੀ ਇਹ ਭਾਈ ਇਰਫਾਨ ਇੱਧਰ ਲਿਆਓ ਜ਼ਰਾ ਥਾਣੀ ਦੋਸਤਾਂ ਨੂੰ ਚੈੱਕ ਕਰਾ ਦਿੰਦੇ ਆ ਮਾਸ਼ਾਅੱਲਾ ਜੀ ਇਹ ਪਿੱਛੇ ਹੋਵਾਂਦਾ ਤੇ ਕੈਮਰੇ 'ਚ ਨਜ਼ਰ ਆਉਣੀ ਹੈ ਇਹ ਚੈੱਕ ਕਰ ਲਓ ਮਾਸ਼ਾਅੱਲਾ ਜੀ ਭਰਾ ਸਾਹਿਬ ਇਹਨਾਂ ਟੋਟਲ ਗਾਈਆਂ ਨੂੰ ਵੈਕਸੀਨ ਹੋਈ ਹੈ ਠੀਕ ਹੈ ਖਿਲਾਰਾ ਭਾਈ ਇਹ ਥਾਣਾ ਦੀ ਵੰਡ ਵੀ ਦੋਸਤਾਂ ਵੇਖ ਲੈਣੀ ਐਂਜੀ ਜਿਵੇਂ ਪੀੜ੍ਹੀ ਦਾ ਪਾਵੇ ਲੱਗੇ ਨੇ ਮਾਸ਼ਾਅੱਲਾ ਜੀ ਨੰਬਰ ਆ ਗਈ 5 ਤੇ ਡੋਗਰ ਸਾਹਿਬ ਵੈਕਸੀਨ ਕਦੀ ਕਰਵਾਈ ਹੈ ਭਰਾ ਸਾਹਿਬ ਬਿਮਾਰੀ ਤੁਹਾਨੂੰ ਪਤਾ ਆਈ ਹੈ ਠੀਕ ਹੈ ਵੈਕਸੀਨ ਮੇਰੀਆਂ ਗਾਈਆਂ ਨੂੰ ਹੋਈ ਠੀਕ ਇਹ ਨਹੀਂ ਕਿ ਤੁਸੀਂ ਹਥਿਆਤਾਂ ਨਾਲ ਰੈਡੀ ਹਾਂਜੀ ਹੋਈ ਹੈ ਵੈਕਸੀਨ ਮੁੱਦਤ ਵੀ ਪੂਰੀ ਹੈ ਵੈਕਸੀਨ ਹੋਈ ਇਹਨਾਂ ਨੂੰ ਠੀਕ ਹੈ ਲੈ ਚਲੋ ਜੀ ਭਾਈ ਇਰਫਾਨ ਹਾਂਜੀ ਇਹ ਵੀ ਅਗਰ ਕਿਸੇ ਦੋਸਤ ਦੀ ਸਮਝ ਚ ਹੁੰਦੀ ਹੈ ਨੰਬਰ ਸਕਰੀਨ ਤੇ ਆ ਰਹੇ ਨੇ ਡੋਗਰ ਸਾਹਿਬ ਦੇ ਦੋਸਤ ਰਾਬਤਾ ਕਰ ਸਕਦੇ ਨੇ ਕੀ ਵੰਡਾ ਨੇ ਥਾਣਾ ਲੋ ਦੋਸਤੋ ਥਾਣਾ ਦੀ ਵੰਡ ਫੇਰ ਤੱਕ ਕਿਸੇ ਵੀ ਬੰਦੇ ਕੋ ਵੈੜੀ ਹੋਏਗੀ ਜਾਂ ਜਰਸੀ ਹੋਏਗੀ ਨਾਲ ਦੇ ਪਹਿਲਾਂ ਕਰਕੇ ਵੇਚਣ ਜੀ ਜੀ ਖਲੋਗੇ ਖਲੋਗੇ ਉਧਰ ਪੱਲੇ ਸਾਈਡ ਤੇ ਮੇਰਾ ਤਾਂ ਦੇਖ ਨਜ਼ਰ ਨਹੀਂ ਆਣਾ ਕਰਮਲੀ ਦਾ ਇਸ ਤਰ੍ਹਾਂ ਨਹੀਂ ਸ਼ਾਇਆ ਵੇ ਦੇਖੋ ਆ ਚੈੱਕ ਕਰੋ ਮਾਸ਼ਾਅੱਲਾ ਜੀ ਬਿਲਕੁਲ ਜੀ ਵੇਖੋ ਨਾ ਤਸਵਰ ਸਾਹਿਬ ਨੂੰ ਸ਼ੌਕ ਹੈ ਨਾ ਮਾਸ਼ਾਅੱਲਾ ਉਹ ਵੀ ਆ ਕੇ ਹੱਕ ਅਦਾ ਕਰਦੇ ਸ਼ਰਾਫਤ ਵੀ ਵੇਖ ਲੈਣੀ ਮਾਸ਼ਾਅੱਲਾ ਜੀ ਇੰਪੋਰਟੈਂਟ ਸਾਰੇ ਹੀ ਕਹਿ ਰਹੇ ਨੇ ਜੀ ਦਾ ਫਰਾਸ ਇਹ ਭਾਈ ਫਰਾਸ ਦੇ ਖੰਡ ਦੇ ਖਡਾਉਣੇ ਨੇ ਅੱਲਾ ਦੇ ਫਜ਼ਲ ਨਾਲ ਜ਼ਿੰਦਾਬਾਦ ਹੋਰ ਡੋਗਰ ਸਾਹਿਬ ਕੋਈ ਪੈਗਾਮ ਦੋਸਤਾਂ ਛੋਟੀ ਨਹੀਂ ਮਹਾਨੀ ਓ ਸੋਰੀ ਛੋਟੀ ਵੀ ਕਹਿ ਆਵੇ ਜੀ ਸੋ ਜੇਰ ਪੇ ਜੱਸੀ ਅੱਜ ਸੁਈ ਠੀਕ ਹੈ ਲੈ ਆਓ ਜੀ ਲਓ ਜੀ ਦੋਸਤੋ ਇਹ ਬਿੱਲੀਆਂ ਅੱਖਾਂ ਨੇ ਮਾਸ਼ਾਅੱਲਾ ਜੀ ਅੱਜ ਹੀ ਸੂਈ ਹੈ ਪਿੱਛੇ ਜਾ ਕੇ ਪਿੱਛੇ ਦੇ ਸੂਏ ਦੀ ਉਧਰੋਂ ਆਈ ਹੈ ਠੀਕ ਹੈ ਤੁਸੀਂ ਦੱਸਿਆ ਆ ਰੈਡੀ ਸੂਈ ਹੈ ਪਿੱਛੇ ਕੱਟੀਏ ਤੇ ਕੱਟੀ ਬਾਅਦ ਪਿੱਛੇ ਦੇ ਕੱਟੀ ਮਾਸ਼ਾਅੱਲਾ ਜੀ ਖਿਲਾ ਰਹੇ ਹੋ ਜੀ ਉਹ ਸਾਹਮਣੇ ਪੈ ਇੱਥੇ ਖਿਲਾ ਦੇ ਰਾਜ ਸਾਹਿਬ ਕੱਟੀ ਨੂੰ ਹੀ ਪਿਆਇਆ ਅਜੇ ਕਦੋਂ ਆਕਸੀਜਨ ਚ ਹੋਇਆ ਹੋਣਾ ਮੁੰਡਿਆਂ ਨੇ ਅੱਛਾ ਝੋਟੀ ਬਹਾਉ ਪੂਰੀ ਕੱਟੀ ਵੀ ਕੋਈ ਬ੍ਰਾਂਡ ਹੀ ਲੱਗਦੀ ਹੈ ਵੀ ਇਹ ਕਿਸੇ ਵਪਾਰੀ ਕੋਲ ਦੇ ਦੇ ਕਹੇ ਜੀ ਟੀਕਿਆਂ ਦੀ ਕੱਟੀ ਹੈ
ਸੁਭਾ ਦੂਸਰਾ ਦੱਸਿਆ ਅਜੇ ਬਿੱਲੀਆਂ ਅੱਖਾਂ ਨੇ ਮਾਸ਼ਾਲਾ ਜੀ ਜੂ ਦੀ ਦੋ ਅੱਖਾਂ ਦੇ ਰੰਗ ਸੇਮ ਬਾਈ ਫੋਨ ਲਵਾਓ ਚੱਕਰ ਥਾਣੀ ਦੋਸਤਾਂ ਵੇਖਣੇ ਲਵਾਓ ਚੱਕਰ ਲਵਾ ਕੇ ਲੈ ਕੇ ਡੋਗਰ ਸਾਹਿਬ ਪਹਿਲੀ ਚੋਈ ਕੀਤੀ ਹੈ ਧੁਨੀ ਛੋਟੀ ਤੇ ਹਾਈਟ ਵੀ ਚੈੱਕ ਕਰ ਲੈਣੀ ਹੈ ਇੱਕ ਹੀ ਝੋਟੀ ਹੈ ਪਿੱਛੇ ਕੱਟੀ ਦੋਸਤਾਂ ਨੂੰ ਵੀ ਚੈੱਕ ਕਰਾਈਏ ਬਾਈ ਇਰਫਾਨ ਹੱਥ ਖਿਲਾਰੋ ਹਾਂ ਜਰਾ ਤੁਹਾਨੂੰ ਦੋਸਤਾਂ ਚੈੱਕ ਕਰਾ ਦੀਏ ₹2,80,000 ਲਿਬਾਸ ਦੋਸਤਾਂ ਫਿਰ ਵੇਖਣਾ ਮਾਸ਼ਾਅੱਲਾ ਜੀ ਪੁੱਠਾ ਵੀ ਦੋਸਤਾਂ ਵੇਖਣਾ ਤੇ ਡੋਗਰ ਸਾਹਿਬ ਨੇ ਅੱਜ 15 ਕਿਲੋ ਦਾ ਰਿਕਾਰਡ ਦੱਸਿਆ ਉਹਨਾਂ ਨੇ ਆ ਕਦੋਂ ਆ ਕੀਤਾ ਸ਼ੁਕਰ ਆਉਂਦਾ ਜੀ ਡੋਗਰ ਸਾਹਿਬ ਨੇ ਪਿਛਲੇ ਸੂਏ ਦਾ 15 ਲੀਟਰ ਦਾ ਰਿਕਾਰਡ ਹੈ ਸਾਡਾ ਵੀ ਦਿਲ ਖੁਸ਼ ਹੋਇਆ ਕਿ ਤੁਸੀਂ ਮਿਹਨਤ ਕਰਕੇ ਦੋਸਤਾਂ ਵਾਸਤੇ ਅੱਛੇ ਜਾਨਵਰ ਲੈ ਕੇ ਆਏ ਉਮੀਦ ਕਰਨਾ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਈ ਦੀ ਇਜਾਜ਼ਤ ਚਾਹੁੰਦੇ ਹਾਂ ਅੱਲਾਹ ਹਾਫਿਜ਼।